ਚੀਕ ਚਿਹਾੜੇ ਦੀਆਂ ਇਹ ਤਸਵੀਰਾਂ ਉਹਨਾਂ ਲੋਕਾਂ ਦੀਆਂ ਨੇ ਜਿਨ੍ਹਾਂ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ। ਦੱਸ ਦਈਏ ਕਿ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜਿਨ੍ਹਾਂ ਨੂੰ ਦੁਸ਼ਮਣਾਂ ਨੇ ਰਾਹ ਦੇ ਵਿੱਚ ਰੋਕ ਕੇ ਮਾਰ ਦਿੱਤਾ, ਢਿੱਡ ਦੇ ਵਿੱਚ ਤੇਜ਼ਧਾਰ ਹਥਿਆਰ ਮਾਰਿਆ ਜਿਸ ਦੇ ਨਾਲ ਮੌਕੇ ਤੇ ਹੀ ਨੌਜਵਾਨ ਨੇ ਦਮ ਤੋੜ ਦਿੱਤਾ। ਮਾਮਲਾ ਫਿਲੌਰ ਦਾ ਹੈ। ਮ੍ਰਿਤਕ ਦੀ ਪਹਿਚਾਣ ਮਾਨਵ ਵਾਸੀ ਮੁਹੱਲਾ ਭੰਡੇਰਾ ਫਿਲੌਰ ਵਜੋਂ ਹੋਈ। ਇਹ ਆਪਣੇ ਦੋ ਦੋਸਤਾਂ ਦੇ ਨਾਲ ਗਿਆ ਹੋਇਆ ਸੀ ਤਾਂ ਜੋ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਤਾਂ ਅੱਗਿਓਂ ਦੋ ਅਨਸਰਾਂ ਦੇ ਵੱਲੋਂ ਮੋਟਰਸਾਈਕਲ ਰੋਕਿਆ ਗਿਆ ਤਾਂ ਇਸ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਿਕ ਪਵਨ ਅਤੇ ਜਸਵੀਰ ਨਾਂ ਦੇ ਸ਼ਖਸ ਦੇ ਵੱਲੋਂ ਪੁਰਾਣਾ ਵੈਰ ਕੱਢਿਆ ਗਿਆ। ਦੱਸਦੇ ਕਿ ਸੋਮਵਾਰ ਦੀ ਸ਼ਾਮ ਮਾਨਵ ਪਿੰਡ ਭਾਰ ਸਿੰਘਪੁਰ ਆਇਆ ਸੀ ਤੇ ਕੁਝ ਸਮਾਂ ਇਕੱਠੇ ਆਪਣੇ ਦੋਸਤਾਂ ਦੇ ਨਾਲ ਬਤੀਤ ਕਰਨ ਮਗਰੋਂ ਮਾਨਵ ਨੂੰ ਉਹ ਫਲੌਰ ਛੱਡਣ ਦੇ ਲਈ ਜਾ ਰਹੇ ਸੀ ਤਾਂ ਅਚਾਨਕ ਪਿੰਡ ਭਾਰ ਸਿੰਘਪੁਰ ਵਿਖੇ ਮੋਟਰਸਾਈਕਲ ਚਲਾ ਰਹੇ ਮਾਨਵ ਦੇ ਅੱਗਿਓਂ ਬਾਈਕ ਲਗਾ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਦੋ ਅਨਸਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਇਸ ਮਾਮਲੇ ਦੇ ਵਿੱਚ ਫਲੌਰ ਪੁਲਿਸ ਨੇ ਮ੍ਰਿਤਕ ਦੇ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਮਾਨਵ ਅਤੇ ਅਮਿਤ ਦੁਬਈ ਦੇ ਵਿੱਚ ਇਕੱਠੇ ਕੰਮ ਕਰ ਚੁੱਕੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਇਸ ਮਾਮਲੇ ਦੀ ਤਫਤੀਸ਼ ਆਰੰਭ ਕਰ ਦਿੱਤੀ। ਮੇਰਾ ਨਾਂ ਭਾਈ ਹਰਦੀਪ ਕੁਮਾਰ ਆ। ਹਾਂਜੀ, ਕਿੱਥੋਂ ਆਇਆ ਸੀ ਤੇ ਕਿੱਥੇ ਜਾਣਾ? ਮੈਂ ਭਾਰ ਸਿੰਘਪੁਰ ਤੋਂ ਫਲੌਰ ਨੂੰ ਆਉਣ ਲੱਗਾ ਸੀਗਾ ਆਪਣੇ ਦੋਸਤ ਨੂੰ ਛੱਡਣਾ। ਰਾਸਤੇ ਚ ਪਵਨ ਤੇ ਜਸਵੀਰ ਉਹਨੇ ਘੇਰ ਕੇ ਤੇ ਸੱਟਾਂ ਮਾਰੀਆਂ ਸਾਡੇ ਮੇਰੇ ਨਾਲ ਦੇ ਮੁੰਡੇ ਦੇ ਢਿੱਡ ਦੀ, ਪਤਾ ਨੀ ਕੈਚ ਮਾਰਦੀ, ਪਤਾ ਨੀ ਕੀ ਸੀ ਕੈਚ ਸੀ, ਪਤਾ ਨੀ ਕੀ ਸੀ ਉਹਦੇ ਢਿੱਡ ਚ ਮਾਰਦੀ। ਉਹਦਾ ਨਾਂ ਜਸਵੀਰ ਵਾ ਜਿਹਨੇ ਮਾਰਿਆ, ਨਾਲ ਉਹਦਾ ਭਰਾ ਪਵਨ ਵਾ। ਹਾਂਜੀ, ਤੇ ਕਿਹੜੀ ਗੱਲੋਂ ਮਾਰਿਆ? ਪਤਾ ਨੀ ਭਾਜੀ, ਪਹਿਲਾਂ ਅੱਗੇ ਲੜਾਈ ਹੋਈ ਸੀ, ਉਮਰ 29 ਸਾਲ ਦੀ ਹੈ। ਡਾਕਟਰ ਗੁਰਪ੍ਰੀਤ ਨਾਮ ਆ ਜੀ ਮੇਰਾ, ਪੋਸਟਿੰਗ ਸਿਵਲ ਹਸਪਤਾਲ ਫਲੌਰ ਵਿੱਚ। ਹਾਂਜੀ ਹਾਂਜੀ, ਮਾਨਵ ਨਾਮ ਦਾ ਵਿਅਕਤੀ ਆ ਜਿਹੜਾ ਕਿ ਸਾਡੇ ਕੋਲ ਬਰੋਡਡ ਲੈ ਕੇ ਆਏ ਸੀ, ਉਮਰ ਤਕਰੀਬਨ 23 ਸਾਲ ਆ। ਲੜਾਈ ਝਗੜੇ ਦਾ ਮਾਮਲਾ ਜੀ, ਤੇ ਭਾਰਤ ਸਿੰਘਪੁਰੇ ਦੱਸਿਆ ਜਾ ਰਿਹਾ ਕਿ ਤਾਂ ਉੱਥੇ ਲੜਾਈ ਹੋਈ ਆ। ਸਾਡੇ ਕੋਲ ਜਦੋਂ ਲੈ ਕੇ ਆਏ ਬਰੋਡ ਡੈਡੀ ਸੀਗੇ। ਹਾਂਜੀ, ਕਿੰਨੀ ਕੁ ਉਮਰ ਲੱਗਦੀ? ਉਮਰ ਤਕਰੀਬਨ 23 ਸਾਲ ਆ ਜੀ ਇਹਨਾਂ ਦੀ। ਜਿਹੜਾ ਡੈਥ ਹੋਣ ਕਾਰਨ ਕਾਹਦਾ ਮਾਰਿਆ ਗਿਆ? ਇਹ ਵੈਸੇ ਜਿਹੜਾ ਹੁਣ ਲੱਗ ਰਿਹਾ ਸ਼ਾਰਪ ਵੈਪਨ ਨਾਲ ਕੋਈ ਵਾਰ ਕੀਤਾ ਹੈ ਪੇਟ ਵਿੱਚ, ਬਾਕੀ ਜਿਹੜਾ ਫਾਈਨਲ ਜੋ ਕਾਰਨ ਕੀ ਹੈਗਾ ਉਹ ਆਪਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਦੱਸਾਂਗੇ। ਹਾਂਜੀ ਹਾਂਜੀ, ਪਰਿਵਾਰ ਦੇ ਮੈਂਬਰ ਸਾਰੇ ਮੌਜੂਦ ਆ ਇੱਥੇ, ਪੁਲਿਸ ਵਾਲਿਆਂ ਨੂੰ ਵੀ ਇਨਫੋਰਮੇਸ਼ਨ ਭੇਜ ਦਿੱਤੀ ਆ, ਪੁਲਿਸ ਵਾਲੇ ਵੀ ਇੱਥੇ ਹੈਗੇ ਆ ਪੁਲਿਸ ਡਿਪਾਰਟਮੈਂਟ ਦੇ। ਕੀ ਹੋਇਆ, ਕੀ ਨਾਮ ਮੁੰਡੇ ਦਾ ਜਿਹੜਾ ਮ੍ਰਿਤਕ ਹੋਇਆ? ਮੇਰਾ ਭਰਾ ਛੋਟਾ ਜੀ। ਕੀ ਨਾਮ ਉਹਦਾ? ਮਾਨਵ। ਕੀ ਹੋਇਆ ਭਾਜੀ? ਹੋਇਆ ਭਾਜੀ, ਸ਼ਾਮੀ ਗਿਆ ਉਹ ਇੱਥੋਂ, ਉਹਦੇ ਯਾਰ ਦੋਸਤ ਨੂੰ ਨਾਲ ਲੈ ਕੇ ਗਏ ਆ। ਉਹਨਾਂ ਦੀ ਉੱਥੇ ਕੋਈ ਪਹਿਲਾਂ ਵੀ ਭਾਗ ਸਿੰਘਪੁਰੇ ਕੋਈ ਲੜਾਈ ਝਗੜਾ ਹੋਊਗਾ, ਇਹਦਾ ਤਾਂ ਕੋਈ ਰੋਲ ਨਹੀਂ ਸੀ ਉਹਦੇ ਵਿੱਚ। ਇਹ ਤਾਂ ਸਿਰਫ ਉਦਾਂ ਗਿਆ ਵੀ ਜਿੱਦਾਂ ਯਾਰੀ ਦੋਸਤੀ, ਹੁਣ ਆਪਾਂ ਚੱਲ ਜਾਂਦੇ ਇੱਕ ਦੂਸਰੇ ਦੇ ਨਾਲ, ਇੱਦਾਂ ਇਹ ਵੀ ਗਿਆ। ਉਹ ਆਪਸ ਦੇ ਵਿੱਚ ਜਿਹਨਾਂ ਦਾ ਉਹਨਾਂ ਦਾ ਪਹਿਲਾਂ ਕੋਈ ਲੜਾਈ ਝਗੜਾ ਸੀਗਾ, ਉਹ ਆਪਸ 'ਚ ਲੜਨ ਲੱਗ ਗਏ, ਕਿਤੇ ਛੜਾਉਣ ਲੱਗ ਗਏ ਉਹਨਾਂ ਨੂੰ। ਉਹਨਾਂ ਨੇ ਜੋ ਉਹਨਾਂ ਦੇ ਕੋਲ ਸੀਗਾ ਕੋਈ ਹਥਿਆਰ, ਉਹ ਇਹਦੇ ਮਾਰ ਕੇ ਤਾਂ ਇਹਨੂੰ ਕੀ ਮਾਰਿਆ ਕੀ ਇਹਦੇ? ਮੇਰੇ ਖਿਆਲ ਨਾਲ ਜੋ ਵੀ ਦੱਸ ਰਹੇ ਜਾਂ ਕਿਰਚ ਸੀਗੀ ਜਾਂ ਕੋਈ ਛੁਰਾ ਵਗੈਰਾ ਸੀ, ਕੁਛ ਇੱਦਾਂ ਦਾ ਹਥਿਆਰ ਸੀਗਾ। ਕਿੰਨੀ ਕੁ ਉਮਰ ਸੀ ਉਹਦੀ? ਉਮਰ 23-24 ਸਾਲ ਦੀ।
ਨਹੀਂ ਦੁਬਾਰਾ ਹੀ ਸੀਗਾ। ਹਾਂਜੀ ਕੀ ਕੰਮ ਕਰਦੇ? ਕੰਮ ਤਾਂ ਬਾਹਰੋਂ ਆਇਆ ਸੀ ਹਲੇ ਹੁਣੀ ਥੋੜੀ ਦੇਰ ਹੋਈ। ਹਾਂਜੀ ਬਾਹਰ ਗਿਆ ਸੀ, ਉੱਥੋਂ ਆਇਆ ਸੀ। ਪੁਲਿਸ ਵਾਲਿਆਂ ਨੇ ਦੋ ਬੰਦੇ ਕਾਬੂ ਵੀ ਕੀਤੇ? ਪੁਲਿਸ ਵਾਲੇ ਕਹਿ ਤਾਂ ਰਹੇ ਆ ਜੀ, ਦੋ ਬੰਦੇ ਅਰੈਸਟ ਕੀਤੇ ਹੁਣ ਉੱਥੇ ਭਾਗ ਸਿੰਘਪੁਰੇ ਦੇ, ਦੋ ਭਰਾ ਦੱਸ ਰਹੇ ਆ। ਹਾਂਜੀ ਤੇ ਉਹ ਜਿਹੜਾ ਮੁੰਡਾ ਨਾਲ ਸੀ ਉਹ ਫੇਰ ਹੁਣ ਦੱਸੂਗਾ ਵੀ ਕੀ ਨਾਂ ਉਹਨਾਂ ਦਾ, ਜੋ ਵੀ ਹੈ। ਤੁਹਾਡਾ ਪੂਰਾ ਨਾਮ? ਮੇਰਾ ਨਾਂ ਰਮਨ ਹੰਸ ਜੀ। ਦੋਸ਼ੀ ਹੋਣਗੇ ਅਰੈਸਟ ਕੀਤਾ ਜਾਊਗਾ। ਕੋਈ ਤੇਜ ਤਿਉਹਾਰ ਉਹਦੇ ਪੇਟ ਦੇ ਵਿੱਚ ਜਿਹੜਾ ਉਹ ਮਾਰਿਆ ਉਹਦੇ ਨਾਲ ਅਜੇ ਇਨਵੈਸਟੀਗੇਟ ਕਰ ਰਹੇ ਨੇ। ਹਾਂ ਪਰਿਵਾਰ ਜੋ ਵੀ ਅਜੇ ਕਿਸੇ ਨੇ ਬਿਆਨ ਦਰਜ ਨਹੀਂ ਕਰਾਇਆ, ਜੋ ਵੀ ਬਿਆਨ ਦਰਜ ਕਰਾਏਗਾ ਜਿਹੜਾ ਵੀ ਉਹਨਾਂ ਦਾ ਨਾਮ ਕਰੀ।